असी अपने बच्चों गुरसिखी जोड़ना शुरू करिए कि घर घर ये फुलवाड़ी महक सके। तो आप सारे यही मैसेज दें भाई मेरी सिखी मेरी पहचान के नाल जुड़िए जो आने वाला बच्चों का जो भविख आ वह भाई उजला हो सके। इस नाल साडे बच्चे गुरु साहिबाना की बाणी पढ़ते ने उचारते ने वाहेगुरु जी का खालसा वाहेगुरु जी की फतेह। GHG अकैडमी खंडूर वालों मेरी सिखी मेरी पहचान प्रोग्राम तहत गुरमत मुकाबले करवाए जा रहे हैं। वाहेगुरु गुरमत मुकाबला सेंटर नंबर 63 पिंड टूसा अते सेंटर नंबर 64 पिंड पखोवाल मिति 6 अक्तूबर 2024 नू करवाया गया। वाहे गुरु मिति 6 अक्तूबर 2024 सवेरे 9 बजे पिंड टूसा विखे गुरमत मुकाबला करवाया गया। इस मुकाबले विच बच्चों के नाल नाल उन्हां दे मापिआं ने भी शिरकत की। इस मुकाबले विच टूसा लील रत्तोवाल ते विद्यार्थियों ने हिस्सा लिया। वाहिगुरु जी की फतेह। जी मेरी सिखी मेरी पहचान भाई गुरमेल सिंह जी मली बलजीत सिंह जी मली का मैं तहे दिलों धन्नवाद करदा हाँ जिन्हां ने मेरी सिखी मेरी पहचान का उपराला किया। जी असी अपने बच्चों गुरसिखी जोड़ना शुरू करिए कि घर घर ये फुलवाड़ी महक सके। तो बाकी असी सारी टीम का बहुत बहुत धन्यवाद करते हाँ सारे ही उन्हां माँ बाप भैन भरा जिन्हां ने इस विच बढ़ चढ़ के हिस्सा लिया सारिया का तय दिलों शुक्रगुजार हाँ जी। बाकी आप हर एक नूं बेनती करते हैं जी कि इस मेरी सिखी मेरी पहचान नाल जुड़ो ते घर घर यह जोत जगनी चाहिए है जी। जिसने अपना धर्म बचा लिया अपनी पहचान बचा ली अपनी विरासत बचा ली ये सब तो बहुत वधिया उपराला। ये सारिया का एक बारी फिर बहुत बहुत धन्यवाद भाई गुरमेल सिंह जी मली बलजीत सिंह जी मली का तय दिलों शुक्रगुजार जी। वाहिगुरू जी का खालसा वाहिगुरू जी की फतेह। अकैडमी के प्रचारक हरप्रीत कौर वाहे नूर वालों आईया संगत गुरमत दचार की गई अकैडमी वालों जेतु विद्यार्थियों नूं आकर्षित नाम ते सर्टिफिकेटा नाल सन्मानित किया गया। वाहे गुरु
वाहेगुरु 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 ਇਸੇ ਹੀ ਦਿਨ ਦੂਸਰਾ ਮੁਕਾਬਲਾ ਸੈਂਟਰ ਨੰਬਰ 64 ਪਿੰਡ ਪੱਖੋਵਾਲ ਵਿਖੇ ਕਰਵਾਇਆ ਗਿਆ। ਇਸ ਸੈਂਟਰ ਅਧੀਨ ਪੱਖੋਵਾਲ ਡਾਂਗੋ ਰਾਜਗੜ੍ਹ ਪਿੰਡ ਆਉਂਦੇ ਹਨ। ਵਾਹਿਗੁਰੂ 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 ਇਸ ਮੁਕਾਬਲੇ ਵਿੱਚ ਬੱਚਿਆਂ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ। ਵਾਹਿਗੁਰੂ 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 ਮਾਪਿਆਂ ਵੱਲੋਂ ਇਸ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪਿੰਡ ਪੱਖੋਵਾਲ ਵਿਖੇ ਮੱਲੀ ਭਰਾਵਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਧਾਰਮਿਕ ਦਾ ਪੇਪਰ ਕਰਵਾ ਕੇ। ਇਸ ਨਾਲ ਬੱਚਿਆਂ ਨੂੰ ਧਾਰਮਿਕ ਬਾਰੇ ਜੋੜਿਆ ਜਾ ਰਿਹਾ ਵਾ, ਮੋਬਾਈਲ ਫੋਨਾਂ ਤੋਂ ਦੂਰ ਰੱਖਿਆ ਜਾ ਰਿਹਾ। ਇਸ ਨਾਲ ਸਾਡੇ ਬੱਚੇ ਗੁਰੂ ਸਾਹਿਬਾਨਾਂ ਦੀ ਬਾਣੀ ਪੜ੍ਹਦੇ ਨੇ, ਉਚਾਰਦੇ ਨੇ ਅਤੇ ਸੁਣਦੇ ਨੇ, ਲਿਖਦੇ ਨੇ। ਵਾਹਿਗੁਰੂ ਜੀ ਕਾ ਖਾਲਸਾ। ਮੇਰੀ ਸਿੱਖੀ ਮੇਰੀ ਪਹਿਚਾਣ, ਜੋ ਸਾਡੇ ਬਹੁਤ ਹੀ ਗੁਰਮੁਖ ਪਿਆਰੇ ਭਾਈ ਗੁਰਮੇਲ ਸਿੰਘ ਜੀ ਮੱਲੀ ਔਰ ਇਹਨਾਂ ਦੇ ਭਰਾਤਾ ਸਰਦਾਰ ਭਾਈ ਬਲਜੀਤ ਸਿੰਘ ਜੀ ਮੱਲੀ, ਦੋਹਾਂ ਮੱਲੀ ਭਰਾਵਾਂ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ, ਜੋ ਪਿੰਡ ਪਿੰਡ ਜਾ ਕੇ ਬੱਚਿਆਂ ਨੂੰ ਗੁਰਬਾਣੀ ਗੁਰਮਤਿ ਦਾ ਗਿਆਨ ਧਾਰਮਿਕ ਪ੍ਰੀਖਿਆਵਾਂ ਕਰਾਈਆਂ ਜਾ ਰਹੀਆਂ ਨੇ। ਸੋ ਇਸ ਲੜੀ ਤਹਿਤ ਅੱਜ ਸਾਡੇ ਨਗਰ ਪੱਖੋਵਾਲ ਲਹਿਣਾ ਪੱਤੀ ਵਿਖੇ ਵੀ ਜੋ ਧਾਰਮਿਕ ਪ੍ਰੀਖਿਆ ਅੱਜ ਹੋ ਰਹੀ ਆ, ਸੋ ਦਾਸ ਭਾਈ ਜਗਨ ਸਿੰਘ ਜੀ ਔਰ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਭਾਈ ਗੁਰਮੇਲ ਸਿੰਘ ਜੀ ਮੱਲੀ ਔਰ ਭਾਈ ਬਲਜੀਤ ਸਿੰਘ ਜੀ ਮੱਲੀ ਔਰ ਇਹਨਾਂ ਸਾਰਿਆਂ ਦੀ ਜੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਹਾਂ। ਜੋ ਸੋਹਣਾ ਉਪਰਾਲਾ ਭਾਈ ਪਿੰਡ ਪਿੰਡ ਜਾ ਕੇ, ਜੋ ਅੱਜ ਬੱਚਿਆਂ ਦਾ ਬਹੁਤ ਬੁਰਾ ਹਾਲ ਆ, ਅਸੀਂ ਵੀ ਪਿੰਡ ਪਿੰਡ ਜਾਂਦੇ ਹਾਂ ਪ੍ਰਚਾਰ ਦੀ ਸੇਵਾ ਕਰਨ। ਬਹੁਤ ਬੱਚੇ ਗੁਰੂ ਨਾਨਕ ਦੇ ਘਰ ਦੇ ਨਾਲ ਟੁੱਟੇ ਹੋਏ ਆ, ਨਸ਼ਿਆਂ ਦੇ ਵਿੱਚ ਵਿਸਿਆਂ ਦੇ ਵਿੱਚ ਗ੍ਰਸ ਹੋਏ ਹੋਏ ਆ। ਸੋ ਇਸ ਲਈ ਇਹੋ ਜਿਹੇ ਉਪਰਾਲੇ ਪਿੰਡ ਪਿੰਡ ਚਾਹੀਦੇ ਆ, ਹਰੇਕ ਗੁਰਮੁਖ ਪਿਆਰੇ ਨੂੰ ਚਾਹੀਦੇ ਆ, ਜਿਨ੍ਹਾਂ ਨੂੰ ਮਾਇਆ ਮਾਲਕ ਬਾਬਾ ਜੀ ਨੇ ਮਾਇਆ ਦੇ ਗੱਫੇ ਦਿੱਤੇ ਆ, ਅਤੇ ਇਸ ਕਰਕੇ ਉਹ ਆਪਣੀ ਮਾਇਆ ਇੱਧਰ ਚੰਗੇ ਪਾਸੇ ਭਾਈ ਜ਼ਰੂਰ ਲਾਉਣ। ਉਹਨਾਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਆ, ਕਿਉਂਕਿ ਆਮ NRI ਵੀਰ ਆਪਾਂ ਵੇਖਦੇ ਹਾਂ ਪਿੰਡਾਂ 'ਚ ਕਬਰਾਂ ਬੜੀਆਂ ਅਤੇ ਉਹ ਵੱਡੇ ਵੱਡੇ ਗਾਉਣ ਵਾਲੇ ਲਵਾ ਕੇ ਲੱਖਾਂ ਕਰੋੜਾਂ ਰੁਪਇਆ ਉਹ ਖਰਾਬ ਕਰ ਜਾਂਦੇ ਆ, ਅਤੇ ਉਹ ਭਾਈ ਕਿਸੇ ਅਰਥ ਨਹੀਂ ਹੈ। ਇਸ ਕਰਕੇ ਭਾਈ ਗੁਰਮੇਲ ਸਿੰਘ ਜੀ ਮੱਲੀ, ਭਾਈ ਬਲਜੀਤ ਸਿੰਘ ਜੀ ਮੱਲੀ ਸਾਰੇ ਪਰਿਵਾਰ ਵੱਲੋਂ ਬਹੁਤ ਬਹੁਤ ਇਹ ਉਪਰਾਲਾ ਵੱਡਾ, ਅਤੇ ਅਸੀਂ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਦਾਸ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਆਪਾਂ ਸਾਰਿਆਂ ਨੂੰ ਇਹੀ ਮੈਸੇਜ ਦਿੰਦੇ ਹਾਂ, ਭਾਈ ਮੇਰੀ ਸਿੱਖੀ ਮੇਰੀ ਪਹਿਚਾਣ ਦੇ ਨਾਲ ਜੁੜੀਏ, ਤਾਂ ਜੋ ਆਉਣ ਵਾਲਾ ਬੱਚਿਆਂ ਦਾ ਜਿਹੜਾ ਭਵਿੱਖ ਆ ਉਹ ਭਾਈ ਉਜਲਾ ਹੋ ਸਕੇ, ਕਿਉਂਕਿ ਗੁਰਬਾਣੀ ਦਾ ਪ੍ਰਵਾਨ ਗੁਰਬਾਣੀ ਇਸ ਜੱਗ ਮੈਂ ਚਾਨਣ। ਤਾਂ ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕੈਡਮੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਆਕਰਸ਼ਿਤ ਨਾਮ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਵਾਹਿਗੁਰੂ 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 ਜੀ ਕਾ
खालसा वाहिगुरू जी की फतेह। मेरा नाम तनीषा कौर है, अभी लुधियाने की रहने वाली हूँ। अज पखोवाल पिंड विखे मेरी सिखी मेरी पहचान आओ गौरव सिखी सिख की आज का पेपर होया, जिस बार मैंने पता लगा अते मैं एग्जाम देने आई हाँ। अते गुरु महाराज की अपार प्रशंसा सदका मैं पहला स्थान हासिल किया, सैमीफाइनल विच पहुँच चुकी हाँ। मैं अगे तो होर मेहनत करांगी अते फर्स्ट आवांगी, होर बच्चे नूं भी प्रेरित करांगी। वाहिगुरू जी का खालसा वाहिगुरू जी की फतेह। खालसा वाहिगुरू जी की फतेह। मेरा नाम गुरसिमरन कौर है। अज साडे पिंड विच मेरी सिक्खी मेरी पहचान दा गुरमत मुकाबला होया है। मैं उस विच दूजा स्थान हासिल किया है। मैनू बहुत खुशी हुई है। मैं अगे भी इस तरह पढ़ांगी ता जो मैं सैमीफाइनल विच पहले स्थान पर आ सकां।